ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨਾਲ ਅੱਜ ਸਾਡੇ ਸਹਿਯੋਗੀ ਗੁਰਤੇਜ ਸਿੰਘ ਥੂਹੀ ਨੇ ਕੀਤੀ ਵਿਸ਼ੇਸ਼ ਗੱਲਬਾਤ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਮੈਂ ਗੁਰਤੇਜ ਸਿੰਘ ਥੂਹੀ ਅੱਜ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਹਲਕਾ ਇੰਚਾਰਜ ਗੁਰਦਾਇ ਗੁਰਦੇਵ ਸਿੰਘ ਦੇਵ ਮਾਨ ਨਾਲ ਅਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਵਿਧਾਨ ਸਭਾ ਦੀ 2017 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਗੁਰਦੇਵ ਸਿੰਘ ਦੇਵ ਮਾਨ ਨੂੰ ਨਾਭਾ ਤੋਂ ਆਮ ਆਦਮੀ ਪਾਰਟੀ ਜਿਹੜੀ ਟਿਕਟ ਦਿੱਤੀ ਇਹਨਾਂ ਨੇ ਇਲੈਕਸ਼ਨ ਲੜ ਕੇ 42000 ਵੋਟਾਂ ਜਿਹੜੇ ਉਹ ਪ੍ਰਾਪਤ ਕੀਤੇ ਤੇ ਇਹਨਾਂ ਦੇ ਮੁਕਾਬਲੇ ਸਰੋਮਣੀ ਕਾਲਜ ਵਾਲ ਦੇ ਕਵੀਰ ਦਾਸ ਤੇ ਕਾਂਗਰਸ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ ਹੈ ਜਿਹੜੇ ਉਹਨਾਂ ਨੇ ਇਲੈਕਸ਼ਨ ਲੜੀ ਜੋ ਕਿ ਜਿੱਤ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਅੱਜ ਕੈਬਨਿਟ ਦੇ ਵਿੱਚ ਵਜ਼ੀਰ ਨੇ ਸੋ ਗੁਰਦੇਵ ਸਿੰਘ ਦੇਵ ਮਾਨ ਜੀ ਨਾਲ ਗੱਲਬਾਤ ਕਰਦੇ ਆ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸਾਕ ਕਾਲਜ ਸੋ ਮਾਨ ਸਾਹਿਬ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਸੀਗੇ ਉੱਥੇ ਸੈਟ ਸੀਗੇ ਤੁਸੀਂ ਮਤਲਬ ਆਮ ਇੱਥੇ ਆ ਕੇ ਆਮ ਆਦਮੀ ਪਾਰਟੀ ਦੇ ਕਰਨ ਲਈ ਕੰਮ ਕਰਨ ਲਈ ਸੋਚਿਆ ਤੁਹਾਡੇ ਸੋਚ ਦੇ ਨਾਲ ਜਿਹੜੀ ਹੈ ਤੁਹਾਡੇ ਸੋਚਣ ਦੇ ਨਜ਼ਰੀਏ ਜਿਹੜਾ ਵੀ ਤੁਸੀਂ ਰਾਜਨੀਤੀ ਨੂੰ ਤੁਹਾਡਾ ਐਂਗਲ ਕਿਸ ਐਂਗਲ ਤੋਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਜਿਹੜੀ ਜ਼ਰਖੇਜ਼ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਜਿਹੜਾ ਵੀ ਇਨਸਾਨ ਪੈਦਾ ਹੋਇਆ ਦੁਨੀਆਂ ਦੇ 120 ਮੁਲਕਾਂ ਦੇ ਵਿੱਚ ਜਾ ਕੇ ਉਹਨੇ ਆਪਣਾ ਨਾਂ ਕਮਾਇਆ ਪਰ ਇੱਥੋਂ ਦੇ ਜਿਹੜੇ ਲੀਡਰ ਪੰਜਾਬ ਦੀ ਮਿੱਟੀ ਚ ਪੈਦਾ ਹੋਏ ਤੇ ਇਹਨਾਂ ਦਾ ਨਾਂ ਲਾਓ ਨਾ ਜੀ ਤਾਂ ਲੋਕ ਗਾਲਾਂ ਕੱਢਦੇ ਆ ਜੀ ਚਾਹੀ ਬਾਦਲ ਸਾਹਿਬ ਦੀ ਗੱਲ ਕਰ ਲੋ ਕੈਪਟਨ ਸਾਹਿਬ ਦੀ ਗੱਲ ਕਰ ਲੋ ਲੋਕਾਂ ਦੇ ਮਨ ਦੇ ਵਿੱਚ ਬੜੀ ਕੁੜੱਤਣ ਭਰੀ ਹੋਈ ਹੈ ਇਹਨਾਂ ਲੋਕਾਂ ਦੇ ਖਿਲਾਫ ਠੀਕ ਹੈ ਜੀ ਰਾਜਨੀਤੀ ਜਿਹੜੀ ਹੈ ਮੈਂ ਤਾਂ ਇਹ ਸਮਝਦਾ ਕਿ ਰਾਜ ਕਰਨ ਦੀ ਨੀਤੀ ਤੁਹਾਡੀ ਰਾਜ ਕਰਨ ਦੀ ਨੀਤੀ ਜਿਹੜੀ ਆ ਇੰਨੀ ਸਪਸ਼ਟ ਔਰ ਇੰਨੀ ਸ਼ੁੱਧ ਤੇ ਇੰਨੀ ਅੱਛੀ ਹੋਣੀ ਚਾਹੀਦੀ ਆ ਕਿ ਲੋਕਾਂ ਦੇ ਉਹਦੇ ਚ ਫਾਇਦੇ ਹੋਣ ਨਰੋਲ ਫਾਇਦੇ ਹੋਣ ਔਰ ਲੋਕਾਂ ਦੀ ਗਰੀਬੀ ਨਿਕਲੇ ਕਿਸਾਨੀ ਮਜ਼ਬੂਤ ਹੋਵੇ ਵਪਾਰੀ ਭਰਾ ਮਜ਼ਬੂਤ ਹੋਣ ਅ ਇੰਡਸਟਰੀ ਮਜ਼ਬੂਤ ਹੋਵੇ ਠੀਕ ਹੈ ਜੀ ਐਜੂਕੇਸ਼ਨ ਦਾ ਲੈਵਲ ਜਿਹੜਾ ਅਪ ਹੋਵੇ ਉਸ ਤੋਂ ਬਾਅਦ ਜਿਹੜੀ ਹੈਲਥ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈਗੀ ਆਪਣੇ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਵੀ ਆ ਉਹਦੇ ਉਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਰੈਵਿਊਸ਼ਨ ਦੇਖਣ ਨੂੰ ਮਿਲੇ ਪਰ ਸੌਰੀ ਟੂ ਸੇ ਤੁਹਾ ਹੀ ਸਾਹ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਜ਼ਿਕਰ ਕਰਦੇ ਆ ਪੰਡਾਣੀਆਂ ਰਵਾਇਤੀ ਪਾਰਟੀਆਂ ਦਾ ਰਾਜਨੀਤੀ ਬੇਸਿਕਲੀ ਮੈਂ ਥੋੜਾ ਜਿਹਾ ਖੁੱਲ ਕੇ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਕਿ ਰਾਜਨੀਤੀ ਦੀ ਗੱਲ ਆਪਾਂ ਕਰਨੀ ਚਾਹੁੰਦੇ ਆ ਜੀ ਇਹਨਾਂ ਦੀ ਗੱਲ ਕਰੋ ਬਾਦਲ ਸਾਹਿਬ ਦੀ ਇਹਨਾਂ ਦੇ ਜਿਹੜੇ ਪੁਰਾਣੇ ਜਥੇਦਾਰ ਨੇ ਜੋ ਗੱਲ ਕਰਨਗੇ ਜੀ ਬੜੇ ਕਾਗ ਸਿਆਸਦਾਨ ਨੇ ਜੀ ਇਹ ਕਿਹੜੇ ਸਿਆਸਦਾਨ ਕਾਗ ਨੇ ਜੀ ਮੈਨੂੰ ਤੁਸੀਂ ਦੱਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕਿਉਂ ਕੀਤਾ ਇੱਕ ਵੀ ਕੰਮ ਇੱਕ ਵੀ ਕੰਮ ਕੋਈ ਦੱਸੋ ਜਿਹਦੇ ਨਾਲ ਪੰਜਾਬ ਦਾ ਫਾਇਦਾ ਹੋਇਆ ਹੋਵੇ ਕਿਤੇ ਕੋਈ ਫਾਇਦਾ ਨਹੀਂ ਹੋਇਆ ਜਿੱਥੇ ਫਾਇਦਾ ਹੋਇਆ ਉੱਥੇ ਇਹਨਾਂ ਦਾ ਫਾਇਦਾ 80% ਹੋਇਆ ਪੰਜਾਬ ਦਾ ਫਾਇਦਾ 20% ਹੋਇਆ ਠੀਕ ਹੈ ਜੀ ਹੁਣ ਗੱਲ ਕਰ ਲਈ ਕਾਂਗਰਸ ਦੀ ਮੈਨੂੰ ਯਾਦ ਆ ਜਦੋਂ ਦੀ ਮੈਨੂੰ ਸੋਝੀ ਆ ਮੈਂ ਸੁਣਦਾ ਰਿਹਾ ਕਿ ਕਾਂਗਰਸ ਗਰੀਬਾਂ ਦੀ ਪਾਰਟੀ ਆ ਗਰੀਬੀ ਕੱਢੂ ਲੋਕਾਂ ਦੀ ਗਰੀਬੀ ਕੱਢੂਗੀ ਗਰੀਬੀ ਖਤਮ ਕਰੂਗੀ ਅੱਜ ਪੰਜਾਬ ਦੇ ਵਿੱਚ ਆਲਮੋਸਟ 3.5 ਕਰੋੜ ਦੇ ਆਸ-ਪਾਸ ਆਬਾਦੀ ਹੈ ਜੀ ਮੈਂ ਪੁੱਛਣਾ ਚਾਹਨਾ ਇਹ ਪੋਲਿਟਿਸ਼ੀਨਾਂ ਨੂੰ ਇਹ ਲੀਡਰਾਂ ਨੂੰ ਕਿ ਪੰਜਾਬ ਦੀ ਗਰੀਬੀ ਕਿੰਨੀ ਖਤਮ ਕੀਤੀ ਹੈ ਜੀ ਬਿਲਕੁਲ ਨਹੀਂ ਖਤਮ ਹੋਈ ਉਲਟਾ ਵੱਧ ਰਹੀ ਹੈ ਜੀ ਸੋ ਰਾਜ ਕਰਨਾ ਇੱਕ ਲੀਡਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਠੀਕ ਹੈ ਜੀ ਇਹ 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 ਇੱਕ ਉਹ ਮਾਪਦੰਡ ਹੈ ਜਿਹਦੇ ਵਿੱਚ ਰਾਜਨੀਤੀ ਦੀ ਨੀਤੀ ਨੂੰ ਲੈ ਕੇ ਇਹ ਲੋਕ ਪੂਰੇ ਨੇ ਉਤਰਦੇ ਠੀਕ ਹੈ ਜੀ ਆਮ ਆਦਮੀ ਪਾਰਟੀ ਨੇ 2017 ਜਿਵੇਂ ਤੁਸੀਂ ਜ਼ਿਕਰ ਕੀਤਾ 2017 ਦੀ ਮੈਂ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਨਾਭਾ ਵਿਧਾਨ ਸਭਾ ਤੋਂ ਮੈਨੂੰ 42000 ਵੋਟ ਪਈ ਮੈਂ ਦੂਸਰੇ ਨੰਬਰ ਤੇ ਸੀ ਔਰ ਜਿਹੜਾ ਬੰਦਾ ਹੁਣ ਜਿੱਤਿਆ ਜੀ ਉਹ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਹੈ ਠੀਕ ਹੈ ਜੀ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਦੀ ਕ੍ਰੈਡਿਬਿਲਟੀ ਕੀ ਹੈ ਜੀ ਪ੍ਰਚਾਰ ਉਹ ਇਹ ਦੋਸ਼ ਲੱਗਦੇ ਨੇ ਉਹਨਾਂ ਦੇ ਆਪਣੇ ਬੰਦੇ ਕਹਿੰਦੇ ਨੇ ਜੀ ਪੰਜਾਬ ਨਾਬਾ ਸ਼ਹਿਰ ਬੋਲਦਾ ਜੀ ਕਿ ਪੈਸੇ ਦੇ ਕੇ ਪ੍ਰਧਾਨ ਲਾਤਾ ਨਗਰ ਕਾਉਂਸਲ ਦਾ ਪੈਸੇ ਦੇ ਕੇ ਚੇਅਰਮੈਨ ਲਾਤਾ ਪੈਸੇ ਦੇ ਕੇ ਆਹ ਕਰ ਲਿਆ ਇਹ ਇਹ ਆਮ ਆਵਾਜ਼ਾਂ ਨੇ ਜੀ ਉਹਨਾਂ ਦੀ ਕ੍ਰੈਡੀਬਿਲਟੀ ਹੈ ਜੀ ਔਰ ਮੈਂ ਲਗਾਤਾਰ ਵਿਚਰ ਰਿਹਾ ਨਾਬਾ ਦੇ ਵਿੱਚ ਮੇਰੇ ਲਈ ਰਾਜ ਕਰਨਾ ਜਿਹੜਾ ਜੀ ਅ ਰਾਜਨੀਤੀ ਕਰਨਾ ਜਿਹੜਾ ਜੀ ਉਹ ਬੜਾ ਸਪਸ਼ਟ ਤੇ ਸ਼ੁੱਧ ਇੱਕੋ ਇੱਕ ਮੈਂ ਇਹ ਗੱਲ ਕਰਦਾ ਕਿ ਲੀਡਰ ਲੋਕਾਂ ਦਾ ਹੁੰਦਾ ਨੇਤਾ ਤੇ ਮਨੇਤਾ ਲੋਕਾਂ ਦੀ ਪ੍ਰਾਪਰਟੀ ਹੁੰਦੇ ਆ ਕੀ ਇਹ ਲੋਕ ਲੋਕਾਂ ਦੀ ਪ੍ਰਾਪਰਟੀ ਹੈਗੇ ਨੇ ਬਿਲਕੁਲ ਨਹੀਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੈ ਜਿਹੜੀ ਅੰਨਾ ਹੰਦਾ ਹਜ਼ਾਰੇ ਦਾ ਜਿਹੜਾ 2012 ਦੇ ਵਿੱਚ ਦਿੱਲੀ 'ਚ ਅੰਦੋਲਨ ਹੋਇਆ ਸੀ ਉਸ ਅੰਦੋਲਨ ਤੋਂ ਬਾਅਦ 2012 ਦੇ ਵਿੱਚ ਹੀ ਪਾਰਟੀ ਦਾ ਜਨਮ ਹੁੰਦਾ ਹੈ ਤੇ ਉਸ ਅੰਦੋਲਨ ਦਾ ਮਕਸਦ ਸੀਗਾ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ ਉਹ ਅੰਦੋਲਨ ਹੋਇਆ ਸੀਗਾ ਔਰ ਲੋਕਪਾਲ ਬਿੱਲ ਨੂੰ ਲੈ ਕੇ ਮੁੱਖ ਮੁੱਦੇ ਸੀਗੇ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਠੀਕ ਹੈ ਆਮ ਆਦਮੀ ਪਾਰਟੀ ਦਾ ਸਰਕਾਰ ਹੈ ਪੂਰੇ ਦੇਸ਼ 'ਚ ਇੱਕ ਚੰਗਾ ਪੱਖ ਆ ਜਿਹੜਾ ਦੇਖਣ ਨੂੰ ਮਿਲਿਆ ਪਰ ਜਿਹੜਾ ਲੋਕਪਾਲ ਦਾ ਮੁੱਦਾ ਸੀਗਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਜੂ ਟਰਨ ਜਿਹੜੀ ਲੈਂਦੀ ਵੀ ਦਿਖਾਈ ਦਿੰਦੀ ਹੈ ਕੀ ਕਹਿਣਾ ਚਾਹੁੰਦੇ 26 ਨਵੰਬਰ 2012 ਨੂੰ ਆਮ ਆਦੀ ਪਾਰਟੀ ਬਣੀ ਕਾਮਨ ਮੈਨ ਆਮ ਲੋਕਾਂ ਦੀ ਪਾਰਟੀ ਔਰ ਉਸ ਤੋਂ ਬਾਅਦ 2013 ਦੇ ਵਿੱਚ ਪਹਿਲੀ ਇਲੈਕਸ਼ਨ ਲੜੀ 28 ਸੀਟਾਂ ਆਈਆਂ ਆਮ ਆਦੀ ਪਾਰਟੀ ਦੀਆਂ ਔਰ 49 ਦਿਨ ਲਈ ਦਿੱਲੀ ਦੇ ਵਿੱਚ ਸਰਕਾਰ ਬਣੀ ਉਦੋਂ ਵੀ ਅਰਵਿੰਦ ਕੇਜਰੀਵਾਲ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਸੀ ਅੱਜ ਵੀ ਉਹੀ ਗੱਲ ਕਹਿ ਰਿਹਾ ਕਿ ਜਨ ਲੋਕ ਪਾਲ ਬਿੱਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਨ ਲੋਕ ਪਾਲ ਬਿੱਲ ਲੋਕਾਂ ਦੁਆਰਾ ਇੱਕ ਐਸਾ ਬਿੱਲ ਜਿਹੜਾ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰ ਇੱਕ ਦੀ ਅਕਾਉਂਟੇਬਿਲਟੀ ਤੈਅ ਕਰਦਾ ਹੋਵੇ ਉਹ ਬਿੱਲ ਜਿਹਦੇ ਵਿੱਚ ਹਰ ਚੀਜ਼ ਦੱਸਣੀ ਜ਼ਰੂਰੀ ਹੋਵੇ ਕਿ ਤੁਸੀਂ ਝੂਠ ਬੋਲਦੇ ਆਂ ਨਿਓ ਜੀ ਜਿਵੇਂ ਮੰਤਰੀ ਸਾਹਿਬ ਨੇ ਇੱਥੇ ਝੂਠ ਬੋਲੇ ਆ ਸਾਧ ਧਰਮ ਸੂਤਰਾਂ ਨੇ ਠੀਕ ਹੈ ਜੀ ਕਿ ਜੀ ਮੈਂ ਆਹ ਕੰਮ ਕਰ ਦੂੰਗਾ ਆਹ ਕੰਮ ਕਰ ਦੂੰ ਬਾਅਦ ਦੇ ਵਿੱਚ ਕੋ ਗੋਲਮੋਲ ਕਰ ਜਾਂਦੇ ਜੀ ਬਾਅਦ ਦੇ ਵਿੱਚ ਹੋਰ ਪਾਸੇ ਧਿਆਨ ਕਨਵਰਟ ਕਰ ਦਿੰਦੇ ਆ ਕਿ ਇੱਕ ਬੰਦੇ ਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਅਗਰ ਪ੍ਰੋਮਿਸ ਕੀਤਾ ਉਹਦਾ ਟਾਈਮਿੰਗ ਫਿਕਸ ਹੋਣਾ ਚਾਹੀਦਾ ਉਹ ਕੰਮ ਅਗਰ ਨਹੀਂ ਹੁੰਦਾ ਤਾਂ ਜਵਾਬ ਦੇ ਆ ਤਾਂ ਅਗਲੀ ਵਾਰੀ ਉਹ ਸਾਡੇ ਜਰਨੈਲ ਸਿੰਘ ਜੀ ਨੇ ਪਰਿਵਾਰੀ ਨੇ ਜੀ ਆਮ ਆਦਮੀ ਪਾਰਟੀ ਦੇ ਸਾਡੇ ਭਗਵੰਤ ਮਾਨ ਜੀ ਨੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਸਾਡੇ ਹਰਪਾਲ ਚੀਮਾ ਜੀ ਨੇ ਵਿਰੋਧੀ ਧਿਰ ਦੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਵੀ ਇਹ ਕਹਿਣਾ ਕਿ ਜਿਹੜੇ ਪੰਜਾਬ ਨੂੰ ਬਚਾਉਣ ਲਈ ਕੰਮ ਕਰਨਾ ਚਾਹੁੰਦੇ ਜੀ ਜਿਹੜੇ ਵੀ ਪੰਜਾਬ ਨੂੰ ਬਚਾਉਣ ਲਈ ਕੰਮ ਕਰਨਾ ਚਾਹੁੰਦੇ ਜਿਹੜੇ ਵੀ ਲੀਡਰ ਪੰਜਾਬ ਨੂੰ ਆਪਣਾ ਮੁੱਖ ਝੰਡਾ ਰੱਖਦੇ ਆ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਝੰਡਾ ਰੱਖਦੇ ਆ ਉਹਨਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਔਰ ਮੈਨੂੰ ਇਹ ਲੱਗਦਾ ਕਿ ਸਮਾਂ ਆਊਗਾ ਜੀ ਸਾਰਾ ਕੁਝ ਠੀਕ ਠਾਕ ਹੋਊਗਾ ਪਰ 2022 ਦੇ ਵਿੱਚ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਦੇ ਨਾਲ ਦੁਬਾਰਾ ਸਰਕਾਰ ਬਣਾਏਗੀ ਔਰ ਪੰਜਾਬ ਦੇ ਵਿੱਚ ਇੱਕ ਨਵਾਂ ਰੈਵਿਊਲੂਸ਼ਨ ਜਿਹੜਾ ਉਹ ਸ਼ੁਰੂਆਤ ਹੋਊਗੀ ਉਹਦੀ ਤੇ ਮੇਰਾ ਇਹ ਸਵਾਲ ਹੈ ਅਗਲਾ ਕਿ ਜਿਵੇਂ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਹੈ ਤੁਸੀਂ ਕਹਿੰਦੇ ਵੀ ਅਸੀਂ ਬਦਲਾਅ ਦੀ ਜਿਹੜੀ ਰਾਜਨੀਤੀ ਹੈ ਇੱਕ ਨਵੀਂ ਕਿਸਮ ਦੀ ਰਾਜਨੀਤੀ ਹੈ ਜਿਹੜੀ ਉਹ ਲੈ ਕੇ ਆਵਾਂਗੇ ਰਾਜਨੀਤੀ ਚ ਬਦਲਾਅ ਕਰਾਂਗੇ ਪਰ ਕਿਤੇ ਨਾ ਕਿਤੇ ਉਹੀ ਰਵਾਇਤੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸ਼ਾਮਲ ਕੀਤਾ ਜਾਂਦਾ ਹੈ ਤੇ ਫਿਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪਾਰਟੀ ਦੀ ਇੱਕ ਰਣਨੀਤੀ ਹੁੰਦੀ ਹੈ ਜੀ ਪਾਰਟੀ ਆਪਣੇ ਲੈਵਲ ਤੇ ਇਹ ਤਾਂ ਹੈ ਨਹੀਂ ਕਿ ਜੀ ਆਮ ਆਦੀ ਪਾਰਟੀ ਦਾ ਕੋਈ ਮਾਪਦੰਡ ਹੈ ਕਿ ਜੀ ਇਹ ਬੰਦਾ ਆ ਸਕਦਾ ਹੈ ਨਹੀਂ ਆ ਸਕਦਾ ਮੋਸਟ ਵੈਲਕਮ ਸਾਰੇ ਆ ਸਕਦੇ ਮੈਂ ਤਾਂ ਕਹਿੰਦਾ ਸਾਰਾ ਅਕਾਲੀ ਦਲ ਆ ਜਾਵੇ ਜੀ ਮੁਬਾਰਕ ਆ ਸਾਰੀ ਕਾਂਗਰਸ ਪਾਰਟੀ ਆ ਜਾਵੇ ਬੀਜੇਪੀ ਵਾਲੇ ਆ ਜਾਣ ਸਾਰੇ ਆ ਜਾਣ ਜੀ ਪਰ ਟਿਕਟਾਂ ਜਿਹੜੀਆਂ ਨੇ ਸਿਰਫ ਉਹਨਾਂ ਉਹਨਾਂ ਹੀ ਲੋਕਾਂ ਨੂੰ ਉਹਨਾਂ ਹੀ ਲੀਡਰਾਂ ਨੂੰ ਉਹ ਦਿੱਤੀਆਂ ਜਾਣ ਜਿਹੜੇ ਪੰਜਾਬ ਲਈ ਜਿਨ੍ਹਾਂ ਦਾ ਟ੍ਰੈਪ ਰਿਕਾਰਡ ਚੰਗਾ ਹੈ ਔਰ ਜਿਹੜੇ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਆ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਜੀ ਉਹ ਇਕੱਲਾ ਟਿਕਟ ਲਈ ਕੰਮ ਨਹੀਂ ਕਰ ਰਿਹਾ ਉਹ ਇੱਕ ਵਿਜ਼ਨ ਤੇ ਕੰਮ ਕਰ ਰਿਹਾ ਆਮ ਆਦਮੀ ਪਾਰਟੀ ਜਿਹੜੀ ਇੱਕ ਵਿਜ਼ਨ ਤੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਲਈ ਇਹ ਜ਼ਰੂਰੀ ਨਹੀਂ ਕਿ ਉਹਨੂੰ ਟਿਕਟ ਦੇਣ ਉਹਨੂੰ ਟਿਕਟ ਦੇਣੇ ਆਮ ਆਦਮੀ ਪਾਰਟੀ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਖਿੱਤ ਲਈ ਇਮਾਨਦਾਰੀ ਨਾਲ ਖੜਨ ਵਾਲੇ ਲੋਕਾਂ ਦੀ ਪਛਾਣ ਕਰਨੀ ਬੜੀ ਜ਼ਰੂਰੀ ਆ ਅਗਰ ਆਪਾਂ ਇਹ ਪਛਾਣ ਕਰਨ ਦੇ ਵਿੱਚ ਕਾਮਯਾਬ ਹੋ ਜਾਈਏ ਔਰ ਬੜਾ ਅੱਛਾ ਤਰੀਕਾ ਸਿਸਟੇਮੈਟਿਕਲੀ ਚੱਲ ਰਿਹਾ ਸਾਡਾ ਸਰਵੇ ਵੀ ਹੁੰਦੇ ਆ ਹਰ ਚੀਜ਼ ਹੁੰਦੀ ਆ ਬੜਾ ਇੱਕ ਜਿਹੜਾ ਦੌਰ ਚੱਲਿਆ ਸੀਗਾ ਪਿੱਛੇ ਜੇ ਸਾਲ 2 ਸਾਲ ਪਹਿਲਾਂ ਕਯਾਮ ਆਦਮੀ ਪਾਰਟੀ ਖਿਰੂ ਕਰੂ ਹੋ ਗਈ ਬੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਉਹ ਬਗ ਦੀ ਹਨੇਰੀ ਦੇ ਵਿੱਚ ਜਿਹੜੇ ਸਾਡੇ ਯੋਧੇ ਖੜੇ ਰਹੇ ਜੀ ਉਹਨਾਂ ਤੇ ਕਿੰਤੂ ਪ੍ਰੰਤੂ ਕਰਨਾ ਤਾਂ ਮੈਂ ਸਮਝਦਾ ਕੋਈ ਬਾਲੀ ਬਾਜਬ ਗੱਲ ਨਹੀਂ ਹੈ ਜੀ ਜਿਹੜੇ ਇੰਨੀ ਹਨੇਰੀ ਦੇ ਵਿੱਚ ਖੜੇ ਰਹੇ ਉਹਨਾਂ ਤੇ ਵਿਸ਼ਵਾਸ ਪਾਰਟੀ ਜਿਹੜੀ ਆ ਬਿਲਕੁਲ ਕਰਦੀ ਆ ਕਰੂਗੀ ਠੀਕ ਹੈ ਜੀ ਔਰ ਜਿਹੜਾ ਪੰਜਾਬ ਦਾ ਆਉਣ ਵਾਲਾ ਜਿਹੜਾ ਸਮਾਂ ਨਾ ਜੀ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਬੰਦਾ ਤੁਹਾਡੇ ਲਈ ਸਾਥ ਹੋ ਸਕਦਾ ਮੇਰੇ ਲਈ ਚੋਰ ਹੋ ਸਕਦਾ ਕੋਈ ਬੰਦਾ ਮੇਰੇ ਲਈ ਚੋਰ ਹੋ ਸਕਦਾ ਤੁਹਾਡੇ ਦੇ ਸਾਥ ਹੋ ਸਕਦਾ ਜੀ ਦੇਖੋ ਸਮਾਂ ਜਦੋਂ ਕਿਸੇ ਵੀ ਚੀਜ਼ ਲਈ ਮਿਲਦਾ ਤਾਂ ਫਿਰ ਉਹ ਬੰਦਾ ਕਈ ਵਾਰੀ ਬਹੁਤ ਵੱਡਾ ਇੱਕ ਸੈਟਬੈਕ ਜਦੋਂ ਇਨਸਾਨ ਨੂੰ ਲੱਗਦਾ ਆਤਮਿਕ ਤੌਰ ਤੇ ਜਦੋਂ ਬੰਦਾ ਅੰਦਰੋਂ ਝੰਡੋੜਿਆ ਜਾਂਦਾ ਤਾਂ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਮੈਂ ਜਿਸ ਮਿੱਟੀ ਨੇ ਮੇਰੇ ਸਿਰ ਤੇ ਤਾ ਸਜਾਇਆ ਔਰ ਮੈਂ ਕੀ ਕਰਦਾ ਫਿਰਦਾ ਮੈਂ ਪੈਸੇ ਲਈ ਕੰਮ ਕਰਨ ਜਾਉ ਤਾਂ ਫਿਰ ਉਹ ਬੰਦਾ ਬਹੁਤ ਮਿਹਨਤ ਕਰਕੇ ਆਪਣੇ ਆਪ ਨੂੰ ਦੁਬਾਰਾ ਸਤਾਫਿਤ ਕਰਨ ਦੀ ਕੋਸ਼ਿਸ਼ ਕਰਦਾ ਇਦਾਂ ਦੇ ਬਹੁਤ ਸਾਰੇ ਲੋਕ ਅਕਾਲੀ ਦਲ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਹੈਗੇ ਨੇ ਜਿਹੜੇ ਲਗਾਤਾਰ ਆਮ ਆਦੀ ਪਾਰਟੀ ਦੇ ਵਿੱਚ ਗੱਲ ਕਹਿ ਰਹੇ ਆ ਕਿ ਜੇ ਅਸੀਂ ਟਿਕਟ ਲਈ ਨਹੀਂ ਆ ਰਹੇ ਅਸੀਂ ਪੰਜਾਬ ਲਈ ਆ ਰਹੇ ਆ ਤੇ ਸ਼ੋਰਟ ਚ ਇੱਕ ਮੈਂ ਤੁਹਾਡੇ ਤੋਂ ਸਮਾਂ ਜ਼ਿਆਦਾ ਇਆਜ਼ਤ ਨਹੀਂ ਦਿੰਦਾ ਇੱਕ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸੁਖਦੇਵ ਸਿੰਘ ਢੀਂਡਸਾ ਨੇ ਨਮਾ ਅਕਾਲੀ ਦਲ ਬਣਾ ਲਿਆ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਗਿਆ ਤੇ ਇਹ ਜਿਹੜਾ ਹੈ ਦੁਫਾੜ ਹੋਇਆ ਅਕਾਲੀ ਦਲ ਉਸ ਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਲੋਕ ਹੁਣ ਸਮਝ ਗਏ ਕਿ ਸਾਰੀਆਂ ਖੇਡਾਂ ਇਹਨਾਂ ਦੇ ਆਪਸ ਦੇ ਵਿੱਚ ਰਲ ਕੇ ਹੋ ਰਹੀਆਂ ਨੇ ਜੀ ਠੀਕ ਹੈ ਜੀ ਬਾਦਲ ਸਾਹਿਬ ਠੀਕ ਹੈ ਜੀ ਕੀ ਕਰ ਰਹੇ ਨੇ ਉਹ ਕਿਉਂ ਚੁੱਪ ਨੇ ਜੀ ਕਦੇ ਬੋਲਿਆ ਨਾ ਢੀਂਡਸਾ ਸਾਹਿਬ ਬਾਰੇ ਕਦੇ ਨਹੀਂ ਬੋਲਦੇ ਜੀ ਤਾਂ ਕਿਤਨੇ ਕਿਤੇ ਸ਼ੱਕ ਦੀ ਨਜ਼ਰ ਜਿਹੜੀ ਜਾਂਦੀ ਹੈ ਕਿ ਬਾਦਲ ਸਾਹਿਬ ਨੂੰ ਪਤਾ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਅਕਾਲੀ ਦਲ ਹੁਣ ਦੁਬਾਰਾ ਨਹੀਂ ਆਊਗਾ ਔਰ ਉਹਨਾਂ ਦੀ ਉਮਰ ਦਾ ਵੀ ਆਖਰੀ ਪੜਾ ਜੀ ਔਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਜੀ ਹੁਣ ਅਕਾਲੀ ਦਲ ਦੀ ਗੱਲ ਨਹੀਂ ਬਣੀ ਹੁਣ ਆਪਾਂ ਇਦਾਂ ਕਰੋ ਖੱਬੇ ਸੱਜੇ ਕਰਕੇ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਔਰ ਸਾਫ਼ ਕਹਿ ਦੇਣੀ ਚਾਹੁੰਦਾ ਥੋੜੇ ਚੈਨਲ ਜਰੀਏ ਪੰਜਾਬ ਖਬਰ ਨਰਾਮਾ ਦੇ ਜ਼ਰੀਏ ਕਿ ਅਕਾਲੀ ਦਲ ਚਾਹੇ ਉਹ ਅਕਾਲੀ ਦਲ ਬਾਦਲਾ ਚਾਹੇ ਅਕਾਲੀ ਦਲ ਟਕਸਾਲੀਆ ਚਾਹੇ ਅਕਾਲੀ ਦਲ ਢੀਂਡਸਾ ਠੀਕ ਹੈ ਜੀ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਜਿਹੜੇ ਜਿਹੜੇ ਮਤਲਬ ਸ਼ਾਰਟਕਟ ਰਾਜਨੀਤੀ ਕਰਦੇ ਆ ਜਦੋਂ ਮੜਾਈਆਂ ਖਾਧੀਆਂ ਉਦੋਂ ਉਦੋਂ ਦਾ ਟਾਈਮ ਸਾਰਾ ਪਿੱਛੇ ਛੱਡ ਕੇ ਹੁਣ ਨਵੇਂ ਤਰੀਕੇ ਨਾਲ ਆਪਣੇ ਆਪ ਨੂੰ ਆਪਦੇ ਮੁੰਡਿਆਂ ਨੂੰ ਮੁਰੇ ਕਰਕੇ ਚੱਲੇ ਹੋਇਆ ਠੀਕ ਹੈ ਜੀ ਇਹਨਾਂ ਦਾ ਇੱਕੋ ਇੱਕ ਏਜੰਡਾ ਹੈ ਜੀ ਕਿ ਕਿਸੇ ਤਰੀਕੇ ਨਾਲ ਆਮ ਆਦੀ ਪਾਰਟੀ ਰੋਕਿਆ ਜਾਵੇ ਜੋ ਮੈਂ ਮਹਿਸੂਸ ਕਰਦਾ ਕਿ ਆਮ ਆਦੀ ਪਾਰਟੀ ਰੋਕਿਆ ਜਾਵੇ ਪਰ ਆਮ ਆਦੀ ਪਾਰਟੀ ਜੇ 2017 ਚ ਨੇਰੀ ਆਈ ਸੀ ਨਾ ਜ ਤਾਂ 2022 ਦੇ ਵਿੱਚ ਸੁਨਾਮੀ ਆਉਗੀ ਜਦੋਂ ਸੁਨਾਮੀ ਆਉਂਦੀ ਹੈ ਨਾ ਜੀ ਤਾਂ ਫਿਰ ਤੁਹਾਨੂੰ ਪਤਾ ਜੀ ਵੱਡੇ ਵੱਡੇ ਦਰਖਤ ਜਿਹੜੇ ਬੋਰਡ ਜਿਹੜੇ ਆ ਉਹ ਡਿੱਗ ਜਾਂਦੇ ਆ ਔਰ ਇਹ ਸੁਨਾਮੀ ਆਉਗੀ ਔਰ ਅੱਛੇ ਅੱਛੇ ਲੋਕ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਲਈ ਜਿਹੜੇ ਆਪਣਾ ਸਮਾਂ ਦੇ ਰਹੇ ਆ ਪੰਜਾਬ ਦੀ ਗੱਲ ਕਰਦੇ ਆ ਉਹ ਲੋਕ ਇਕੱਠੇ ਸਾਰੇ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਇਲੈਕਸ਼ਨ ਲੜਾਂਗੇ ਔਰ 2022 ਦੇ ਵਿੱਚ ਪ੍ਰਚੰਡ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਉਗੀ ਤੇ ਤੁਹਾਡੇ ਵਿਧਾਨ ਸਭਾ ਹਲਕਾ ਨਾਭਾ ਦੀ ਜ਼ਿਕਰ ਗੱਲ ਕਰੀਏ ਤੇ ریاਸਤੀ ਸ਼ਹਿਰ ਹੈ ਕਾਫੀ ਜਿਹੜਾ ਹੈਗਾ ਇੱਥੇ ਤੁਸੀਂ ਮੁੱਦੇ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਚੁੱਕਦੇ ਰਹਿੰਦੇ ਆ ਤੇ ਨਾਬੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਾਬਾ ਬੜਾ ਖੂਬਸੂਰਤ ਬੜਾ ریاਸਤੀ ਸ਼ਹਿਰ ਹੈ ਜੀ ਮਹਾਰਾਜਾ ਹੀਰਾ ਸਿੰਘ ਦਾ ਵਸਾਇਆ ਸ਼ਹਿਰ ਆ ਪਰ ਇਹਦੀ ਜਿੰਨੀ ਦੁਰਦਸ਼ਾ ਹੁਣ ਦੇ ਮੌਜੂਦਾ ਮੰਤਰੀ ਸਾਧੂ ਧਰਮਸੂਤਰਾ ਨੇ ਕੀਤੀ ਹੈ ਜੀ ਅੱਜ ਤੱਕ ਕਦੇ ਨਹੀਂ ਹੋਈ ਏ ਮੈਂ ਨਹੀਂ ਕਹਿੰਦਾ ਇਹ 80 ਸਾਲ ਦੇ ਇੱਕ ਬਜ਼ੁਰਗ ਮੈਨੂੰ ਮਿਲੇ ਤੇ ਉਹ ਕਹਿੰਦੇ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇੰਨਾ ਗੰਦ ਨਹੀਂ ਦੇਖਿਆ ਸੀਵਰੇਜ ਦੇ ਪਾਣੀ ਦੀ ਸਮੱਸਿਆ ਹਾਲ ਤੱਕ ਕੋਈ ਹੱਲ ਨਹੀਂ ਜੀ ਉਧਰ ਗੱਲਾਂ ਤਾਂ ਬੜੀਆਂ ਨੇ ਅਖਬਾਰਾਂ 'ਚ ਬਿਆਨ ਲੱਗਦੇ ਆ ਜੀ ਕਿ ਜੀ ਆ ਵਿਰੋਧੀ ਧਿਰ ਦੇ ਲੀਡਰ ਜਿਹੜੇ ਆ ਜੀ ਜਿੱਥੇ ਪਾਣੀ ਖੜਾ ਤਾਂ ਉੱਥੇ ਜਾ ਕੇ ਖੜ ਜਾਂਦੇ ਆ ਜੀ ਆਪਣੀ ਰਾਜਨੀਤੀ ਚਮਕਾਉਣ ਦੇ ਮਾਰੇ ਆ ਜੋ ਮੈਂ ਕਹਿਣਾ ਚਾਹੁੰਦਾ ਜਿਹੜੀ ਇਹ ਇਹਨਾਂ ਦੀ ਆ ਜਿੰਨੇ ਚੇਲੇ ਪਾਲ ਕੇ ਨੇ ਮੰਤਰੀ ਸਾਹਿਬ ਦੇ ਆਜੋ ਨਾਲ ਆਜੋ ਬੈਠੋ ਮੈਂ ਤਾਂ ਸਾਈਕਲ ਤੇ ਘੁੰਮਦਾ ਤੁਸੀਂ ਗੱਡੀ ਚਾਜੋ ਚਲੋ ਕੋਈ ਗੱਲ ਨਹੀਂ ਆ ਕੇ ਦੇਖੋ ਜਰਾ ਲੋਕ ਕਿਵੇਂ ਤੁਹਾਡੇ ਲਈ ਬਦਵਾਵਾ ਦਿੰਦੇ ਨੇ ਜੀ ਨਾਬਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਨਾਬਾ ਸ਼ਹਿਰ ਦੇ ਵਿੱਚ ਜਿਹੜੀਆਂ ਜਿਹੜਾ ਚੋਕ ਹੁੰਦਾ ਸੀਵਰੇਜ ਠੀਕ ਹੈ ਜੀ ਉਹਦਾ ਇਹਨਾਂ ਕੋਲੇ ਕੋਈ ਆਲਟਰਨੇਟਿਵ ਨਹੀਂ ਜਿਹੜਾ ਅੰਡਰਗਰਾਉਂਡ ਸੀਵਰੇਜ ਪਾਇਆ ਜਾ ਰਿਹਾ ਉਹ ਸਿਰਫ ਭ੍ਰਿਸ਼ਟਾਚਾਰ ਦਾ ਡਾਟਾ ਦੇ ਵਿੱਚ ਮੋٹے ਪੈਸੇ ਖਾਤੇ ਜਾ ਰਹੇ ਆ ਨਗਰ ਕੌਂਸਲ ਨਾਬਾ ਦੇ ਵਿੱਚ ਜਿਨੇ ਠੇਕੇ ਆਪ ਦੇ ਚਹੇਤੀ ਠੀਕ ਹੈ ਜੀ ਔਰ ਜਿਹੜੇ ਆਪਣਾ ਕੀ ਕਹਿੰਦੇ ਆ ਜੀ ਨਗਰ ਕਾਉਂਸਲ ਦੇ ਵਿੱਚ ਕੋਈ ਐਨਓਸੀ ਲੈਣੀ ਆ ਕੋਈ ਡੈਥ ਸਰਟੀਫਿਕੇਟ ਲੈਣਾ ਕੋਈ ਜਨਮ ਸਰਟੀਫਿਕੇਟ ਲੈਣਾ ਹਰ ਇੱਕ ਦੇ ਪੈਸੇ ਠੀਕ ਹੈ ਜੀ ਔਰ ਜਿਹੜੇ ਐਮਸੀ ਨੇ ਉਹਨਾਂ ਦੇ ਉਹਨਾਂ ਨੇ ਆਪਦੇ ਤਿੰਨ ਚਾਰ ਚੇਲੇ ਰੱਖੇ ਹੋਏ ਆ ਜੀ ਚੇਲੇ ਰੱਖੇ ਆ ਤਿੰਨ ਚਾਰ ਹੋਰ ਨਹੀਂ ਕੋਈ ਉਹਨਾਂ ਦੇ ਨਾਲ ਜੀ ਬਸ ਸਾਰਾਂ ਦਿਨ ਉਹਨਾਂ ਨੇ ਇੱਕੋ ਰੱਟ ਲਾਈ ਆ ਉਹ ਪ੍ਰਧਾਨ ਜੀ ਤਾਂ ਬਹੁਤ ਵਧੀਆ ਬੰਦੇ ਨੇ ਜੀ ਇਹ ਤਾਂ ਕੰਮ ਬਹੁਤ ਵਧੀਆ ਕਰਦੇ ਨੇ ਜੀ ਦੋ ਤਿੰਨ ਸਾਧੂ ਧਰਮ ਸੂਤਰਾ ਦੇ ਨੇ ਜੀ ਉਹ ਵੀ ਇਦਾਂ ਉਹ ਮੰਤਰੀ ਸਾਹਿਬ ਤਾਂ ਬਹੁਤ ਵਧੀਆ ਨੇ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਜੀ ਹੁਣ ਇਹ ਮੈਂ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਰਾਈਟ ਨਾਓ ਟਾਈਮ ਇਜ਼ ਓਵਰ ਸਮਾਪਤ ਹੋ ਗਿਆ ਲੋਕ ਬਹੁਤ ਅੱਗੇ ਨਿਕਲ ਗਏ ਸਾਡੇ ਬੱਚੇ ਹਾਈਲਾਈਟਸ ਕਰਕੇ ਕੈਨੇਡਾ ਅਮਰੀਕਾ ਦੁਨੀਆ ਭਰ ਦੇ ਵਿੱਚ ਚਲੇ ਗਏ ਉੱਥੋਂ ਫੋਨ ਕਰਦੇ ਆ ਕਿ ਬਾਪੂ ਤੁਸੀਂ ਪੰਥ ਦੇ ਪਿੱਛੇ ਪਈਓ ਇੱਥੇ ਲੋਕਾਂ ਨੇ ਦੁਨੀਆ ਤੇ ਦੇਖੋ ਕਿੰਨਾ ਕੁਝ ਡਿਵੈਲਪ ਕਰ ਲਿਆ ਤੁਸੀਂ ਇਸ ਚੀਜ਼ ਤੋਂ ਬਾਹਰ ਨਿਕਲੋ ਲੋਕ ਜਾ ਗਏ ਔਰ ਲੋਕ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਜਿਹੜੇ ਪੁਰਾਣੇ ਲੋਕ ਨੇ ਚਾਹੇ ਉਹ ਐਮਐਲਏ ਰਹੇ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਨੇ ਚਾਹੇ ਉਹ ਐਮਸੀ ਨੇ ਚਾਹੇ ਸਰਪੰਚ ਸਹਬਾਨ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਕਿਹੜੇ ਕੰਮਾਂ 'ਚ ਪਏ ਆ ਆਪਾਂ ਕਿਹੜੀਆਂ ਪ੍ਰਧਾਨੀਆਂ ਦੇ ਚ ਅੱਪਾ ਪੰਜਾਬ ਨੂੰ ਪੰਜਾਬ ਬਣਾਉਣ ਦੀ ਗੱਲ ਕਰੀਏ ਤੇ ਨਗਰ ਕੌਂਸਲ ਨਾਭਾ ਦੀ ਜਿਹੜੀ ਚੋਣ ਹੈ ਬੜੀ ਨੇੜੇ ਹੈ ਕਿ ਪਾਰਟੀ ਇਹ ਇਲੈਕਸ਼ਨ ਲੜੂਗੀ ਇਹਦੇ ਬਾਰੇ ਕੀ ਰਣਨੀ ਬਿਲਕੁਲ ਜੀ ਚਲੋ ਇਲੈਕਸ਼ਨ ਕਦੋਂ ਹੁੰਦੀ ਹੈ ਜੇ ਤਾਂ ਸਰਕਾਰ ਨੇ ਤੈਅ ਕਰਨਾ ਪਰ ਜਦੋਂ ਇਲੈਕਸ਼ਨ ਹੋਗੀ ਤਾਂ ਅਸੀਂ ਆਲਰੇਡੀ ਤੇ ਵਰਕਆਊਟ ਕਰ ਰਹੇ ਆ ਸਾਡੀਆਂ ਕਮੇਟੀਆਂ ਬਣ ਰਹੀਆਂ ਨੇ ਜੀ ਵਾਰਡ ਦੇ ਵਿੱਚ ਮਹੱਲਾ ਦੇ ਵਿੱਚ ਅਸੀਂ ਤਕਰੀਬਨ ਆਲਮੋਸਟ ਸਾਡੇ 13-1400 ਬੰਦਾ ਨਾਬਾ ਸ਼ਹਿਰ ਸ਼ਰ ਦੇ ਵਿੱਚ ਅਸੀਂ ਆਪਣਾ ਅਧਿਕਾਰੀ ਜਿਹੜੇ ਆ ਜੀ ਜਿਹੜੇ ਸੰਗਠਨ ਦੇ ਵਿੱਚੋਂ ਲਾ ਰਹੇ ਆ ਔਰ ਸਾਡੀ ਪੂਰੀ ਤਿਆਰੀ ਚੱਲ ਰਹੀ ਆ ਆਮ ਆਦਮੀ ਪਾਰਟੀ ਨਗਰ ਕੌਂਸਲ ਨਾਬਾ ਦੀ ਚੋਣ ਲੜੇਗੀ ਇਮਾਨਦਾਰ ਉਮੀਦਵਾਰ ਉਤਾਰੇਗੀ ਔਰ ਨਗਰ ਕੌਂਸਲ ਨਾਬਾ ਦਾ ਪ੍ਰਧਾਨ ਜਿਹੜਾ ਉਹ ਆਉਣ ਵਾਲਾ ਆਮ ਆਦਮੀ ਪਾਰਟੀ ਦਾ ਹੋਊਗਾ ਇਹ ਸੀਗੇ ਆਮ ਆਦਮੀ ਪਾਰਟੀ ਤੋਂ ਨਾਬਾ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਨੇ 2022 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਸ ਦੇ ਵਿੱਚ ਪੂਰਨ ਬਹੁਮਤ ਦਾ ਦਾਵਾ ਕੀਤਾ ਹੈ ਖੈਰੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ 2022 ਦੇ ਵਿੱਚ ਪੰਜਾਬ ਦੀ ਸੱਤਾ ਦਾ ਜਿਹੜਾ ਜਿਹੜੀ ਜਿਹੜੀ ਲੜਾਈ ਹੈ ਉਹਦੇ ਤੇ ਕੌਣ ਹੈ ਜਿਹੜਾ ਕਿਹੜੀ ਪਾਰਟੀ ਹੈ ਜਿਹੜੀ ਉਹ ਪ੍ਰਚੰਡ ਬਹੁਮਤ ਹੈ ਜਿਹੜੀ ਉਹ ਪ੍ਰਾਪਤ ਕਰਦੀ ਹੈ ਸੋ ਦੇਵਮਾਨ ਜੀ ਤੁਹਾਡਾ ਧੰਨਵਾਦ ਜੀ ਜੀ ਗੁਰਤੇਸ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਪੰਜਾਬ ਖਬਰਨਾਮਾ ਦੇਖ ਲਈ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਰੱਬ ਰਾਖਾ ਧੰਨਵਾਦ ਜੀ